ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੈਪੀ ਸਿੰਘ ਲੈ ਕੇ ਹਾਜ਼ਰ ਹਾਂ ਫਿਰ ਤੁਹਾਡੇ ਲਈ ਟਿੱਡੂ ਟਾਈਮਸ। ਦੋਸਤੋ, ਉਹ ਕਹਿੰਦੇ ਹੁੰਦੇ ਨੇ ਕਿ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਆਪਣੇ ਪੰਜਾਬੀ ਪਹੁੰਚ ਜਾਂਦੇ ਨੇ। ਪੰਜਾਬੀ ਪਹੁੰਚ ਚੁੱਕੇ ਨੇ ਜੀ। ਹਾਂਜੀ, ਗਿੱਪੀ ਗਰੇਵਾਲ ਭਾਜੀ ਦੀ ਮੂਵੀ ਆ ਰਹੀ ਹੈ ਸੂਬੇਦਾਰ ਜੋਗਿੰਦਰ ਸਿੰਘ 6 ਅਪ੍ਰੈਲ ਨੂੰ, ਅਤੇ ਮੈਂ ਕਹਿੰਦਾ ਉਹ ਪ੍ਰਮੋਸ਼ਨਲ ਟੂਰ ਲਈ ਗਏ ਹੋਏ ਨੇ, ਅਤੇ ਬ੍ਰਾਂਪਟਨ ਦੇ ਸਿਲਵਰ ਸਿਟੀ ਵਿੱਚ ਮੈਂ ਕਹਿੰਦਾ ਵੱਡੇ ਵੱਡੇ ਫਿਲਮ ਦੇ ਬੋਰਡ ਲੱਗ ਚੁੱਕੇ ਨੇ। ਮੈਂ ਕਹਿੰਦਾ ਅਜਿਹਾ ਪਹਿਲੀ ਵਾਰ ਹੋਇਆ ਜੀ, ਕੋਈ ਵੀ ਹਿੰਦੀ ਮੂਵੀ ਦੇ ਵੀ ਅੱਜ ਤੱਕ ਉੱਥੇ ਬੋਰਡ ਨਹੀਂ ਲੱਗੇ ਜੋ ਪੰਜਾਬੀਆਂ ਨੇ ਝੰਡੇ ਗੱਡ ਦਿੱਤੇ ਨੇ। ਕਮਾਲ ਹੋਈ ਪਈ ਹੈ। ਭਾਜੀ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਪਾ ਕੇ ਲੋਕਾਂ ਨਾਲ ਸ਼ੇਅਰ ਕੀਤੀ ਹੈ, ਤੁਸੀਂ ਵੀ ਦੇਖੋ ਅਤੇ ਸ਼ੇਅਰ ਕਰੋ। ਲਓ ਜੀ, ਅਸੀਂ ਪਹੁੰਚੇ ਹੋਏ ਹਾਂ ਟੋਰਾਂਟੋ, ਅਤੇ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੀ ਬਹੁਤ ਵਧੀਆ, ਜਿਵੇਂ ਆਹ ਦੇਖੋ, ਆਹ ਐਡੇ ਵੱਡੇ ਵੱਡੇ ਪੋਸਟਰ ਲੱਗੇ ਹੋਏ ਨੇ ਜੀ ਫਿਲਮਾਂ ਦੇ, ਅਤੇ ਪਹਿਲੀ ਵਾਰੀ ਆ ਵੀ ਕਿਸੇ ਪੰਜਾਬੀ ਫਿਲਮ ਦਾ ਐਡਾ ਵੱਡਾ ਪੋਸਟਰ। ਆ ਜੀ ਵਾਹ, ਸੂਬੇਦਾਰ ਜੋਗਿੰਦਰ ਸਿੰਘ ਅਤੇ ਉਹਦੀ ਪਲਟਣ। ਮੈਨੂੰ ਪਿੱਛੇ ਆਉਣਾ ਪੈਣਾ ਕਿਉਂਕਿ ਪੂਰਾ ਨਹੀਂ ਆ ਰਿਹਾ। ਆਹ ਵਾਹ ਜੀ ਵਾਹ ਜੀ ਵਾਹ, ਕਿਆ ਜਲਵਾ ਹੈ, ਸੋ ਨਜ਼ਾਰਾ ਆ ਗਿਆ ਜੀ। ਇਹ ਇਹ ਕਿਹੜਾ ਵਾ ਆਪਣੇ ਥੀਏਟਰ? ਸਿਲਵਰ ਸਿਟੀ ਬ੍ਰੈਂਪਟਨ। ਵਾਹ ਜੀ ਵਾਹ, ਐਡਾ ਵੱਡਾ ਹੋਰਡਿੰਗ ਲੱਗਿਆ, ਮੈਂ ਫੋਟੋ ਖਿੱਚ ਕੇ ਪਾਉਣਾ, ਦੇਖਿਓ ਕਿੱਡਾ ਕੁ ਲਗੂੰਗਾ ਇਹਦੇ ਮੂਹਰੇ ਮੈਂ। ਵਾਹ, ਸੋ ਬਹੁਤ ਮਜ਼ੇਦਾਰ ਗੱਲ ਹੈ ਜੀ, ਪਹਿਲੀ ਵਾਰੀ ਕਿਸੇ ਇੰਡੀਅਨ ਫਿਲਮ ਦਾ ਬੋਰਡ ਐਡਾ ਲੱਗਿਆ। ਮਤਲਬ ਪੰਜਾਬੀ ਦੀ ਤਾਂ ਗੱਲ ਬਹੁਤ ਦੂਰ ਹੈ, ਹਿੰਦੀ ਦਾ ਵੀ ਅੱਜ ਤੱਕ ਨਹੀਂ ਲੱਗਿਆ। ਵਾਹ ਜੀ ਵਾਹ, ਸੂਬੇਦਾਰ ਜੋਗਿੰਦਰ ਸਿੰਘ, ਪ੍ਰਾਊਡ ਮੂਮੈਂਟ ਜੀ। ਦੋਸਤੋ, ਕਿਉਂ ਕਮਾਲ ਹੋ ਗਈ ਨਾ ਐਡੇ ਵੱਡੇ ਵੱਡੇ ਬੋਰਡ ਦੇਖ ਕੇ। ਵੈਸੇ ਮੈਂ ਤੁਹਾਨੂੰ ਦੱਸਾਂ ਨਾ, ਮੈਂ ਵੀ ਫਿਲਮ ਦੇ ਸ਼ੂਟ 'ਤੇ ਗਿਆ ਸੀ ਸੂਬੇਦਾਰ ਜੋਗਿੰਦਰ ਸਿੰਘ 'ਤੇ, ਪਰ ਗੱਲ ਉਹ ਵੱਖਰੀ ਹੈ ਕਿ ਮੇਰਾ ਫਸਟ ਡੇ ਅਤੇ ਲਾਸਟ ਡੇ ਸੀਗਾ ਉਹ ਸ਼ੂਟ ਦਾ, ਕਿਉਂਕਿ ਮਾਈਨਸ ਡਿਗਰੀ ਟੈਂਪਰੇਚਰ ਉੱਥੇ, ਅਤੇ ਕਹਿੰਦੇ ਦੁਸ਼ਮਣ ਅੱਗੇ ਡਟੇ ਰਹਿਣਾ, ਪਿੱਛੇ ਨਹੀਂ ਹਟਣਾ। ਮੈਂ ਕਿਹਾ ਡਟੇ ਰਹਿਣ ਦੀ ਗੱਲ ਕਰਦੇ ਹੋ, ਮੈਂ ਤਾਂ ਉੱਥੇ ਜੰਮ ਗਿਆ ਮਾਈਨਸ ਡਿਗਰੀ ਟੈਂਪਰੇਚਰ, ਤੁਸੀਂ ਪਿੱਛੇ ਭੱਜਣ ਦੀ ਗੱਲ ਕਰਦੇ ਹੋ, ਮੇਰੇ ਤੋਂ ਤਾਂ ਅੱਗੇ ਵੀ ਨਹੀਂ ਜਾਇਆ ਗਿਆ। ਫਿਰ ਮੇਰਾ ਫਸਟ ਐਂਡ ਲਾਸਟ ਡੇ ਸੀਗਾ। ਖੈਰ ਛੱਡੋ ਪਰਾਂ, ਪਰ ਮੈਂ ਕਹਿੰਦਾ ਸੂਬੇਦਾਰ ਜੋਗਿੰਦਰ ਸਿੰਘ ਕਮਾਲ ਦੀ ਮੂਵੀ ਹੋਏਗੀ, ਟ੍ਰੇਲਰ ਤੋਂ ਹੀ ਦੇਖ ਕੇ ਪਤਾ ਲੱਗ ਜਾਂਦਾ ਜੀ, ਅਤੇ ਪੰਜਾਬੀ ਇੰਡਸਟਰੀ ਦੀ ਫੁੱਲ ਪੂਰੀ ਸਟਾਰ ਕਾਸਟ ਇਹਦੇ ਵਿੱਚ ਹੈਗੀ ਹੈ। ਮੈਂ ਕਹਿੰਦਾ ਤੁਸੀਂ ਵੀ ਦੇਖਣ ਜਾਏ ਜ਼ਰੂਰ 6 ਅਪ੍ਰੈਲ ਨੂੰ। ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ। ਦੋਸਤੋ, ਮੈਨੂੰ ਹੱਲ ਲੱਭ ਗਿਆ, ਜੇ ਤੁਸੀਂ ਜ਼ਿੰਦਗੀ 'ਚ ਕੁਛ ਨਵਾਂ ਕਰਨਾ ਅਤੇ ਹਿੱਟ ਹੋਣਾ, ਅਤੇ ਵੱਧ ਤੋਂ ਵੱਧ ਖਾਓ ਲੌਂਗ ਇਲਾਚੀਆਂ। ਹਾਂਜੀ, ਲੌਂਗ ਇਲਾਚੀਆਂ ਖਾਓ। ਮੈਂ ਕਹਿੰਦਾ ਹਰ ਚੀਜ਼ 'ਚ ਮੈਂ ਤਾਂ ਲੌਂਗ ਇਲਾਚੀਆਂ ਪਾਣੀਆਂ ਸ਼ੁਰੂ ਕਰਤੀਆਂ, ਮੈਂ ਤਾਂ ਚਾਹ 'ਚ ਲੌਂਗ ਇਲਾਚੀ, ਦੁੱਧ 'ਚ ਲੌਂਗ ਇਲਾਚੀ, ਇੱਥੋਂ ਤੱਕ ਕਿ ਪਾਣੀ ਵਿੱਚ ਵੀ ਲੌਂਗ ਇਲਾਚੀ ਪਾ ਕੇ ਪੀਣਾ। ਮੈਨੂੰ ਉਹ ਪਾਣੀ ਪਾਣੀ ਲੱਗਦਾ, ਮੈਨੂੰ ਐਂ ਲੱਗਦਾ ਜਿਵੇਂ ਪਤੰਜਲੀ ਵਾਲਿਆਂ ਦਾ ਜੂਸ ਪੀ ਰਿਹਾ ਹੁੰਦਾ ਮੈਂ। ਹਾਂਜੀ, ਲੌਂਗ ਇਲਾਚੀ ਦਾ ਮੈਂ ਤੁਹਾਨੂੰ ਰਾਜ ਦੱਸਦਾ। ਐਮੀ ਵਿਰਕ ਭਾਜੀ ਦੀ ਆਈ ਫਿਲਮ ਲੌਂਗ ਇਲਾਚੀ ਸੁਪਰ ਡੁਪਰ ਹਿੱਟ ਰਹੀ, ਅਤੇ ਲੌਂਗ ਇਲਾਚੀ ਫਿਲਮ ਤੋਂ ਬਾਅਦ ਖਬਰਾਂ ਆਈਆਂ ਕਿ ਭਾਜੀ ਦੀ ਸਰਗੁਣ ਮਹਿਤਾ ਜੀ ਨਾਲ ਮੂਵੀ ਆ ਰਹੀ ਹੈ ਕਿਸਮਤ। ਦੇਖੋ, ਲੌਂਗ ਇਲਾਚੀ ਨਾਲ ਕਿਸਮਤ ਚਮਕ ਗਈ ਕਿ ਨਹੀਂ। ਉਸ ਤੋਂ ਬਾਅਦ ਹੁਣ ਟਿੱਡੂ ਟਾਈਮਸ ਤੁਹਾਨੂੰ ਖਬਰ ਦੇ ਰਿਹਾ ਕਿ ਐਮੀ ਵਿਰਕ ਭਾਜੀ ਦਾ ਨਵਾਂ ਸੌਂਗ ਆ ਰਿਹਾ। ਹਾਂਜੀ, ਜਾਨੀ ਭਾਜੀ ਨੇ ਪੋਸਟ ਪਾਈ ਹੈ ਕਿ ਐਮੀ ਵਿਰਕ ਭਾਜੀ ਨਵਾਂ ਸੌਂਗ ਲੈ ਕੇ ਆ ਰਹੇ ਨੇ, ਜੋ ਜਾਨੀ ਦਾ ਲਿਖਿਆ ਹੋਇਆ, ਅਰਵਿੰਦਰ ਖਹਿਰਾ ਜੀ ਦੀ ਵੀਡੀਓ ਹੈ, ਅਤੇ ਵੀ ਪ੍ਰੈਂਕ ਉਸ 'ਚ ਮਿਊਜ਼ਿਕ ਦੇ ਰਹੇ ਨੇ। ਅਤੇ ਜਾਨੀ ਜੀ ਨੇ ਇਹ ਵੀ ਕਿਹਾ ਕਿ ਇਹ ਗਾਣਾ ਉਹਨਾਂ ਦੀ ਆਪਣੀ ਕੰਪਨੀ ਦੇਸੀ ਮੈਲੋਡੀਜ਼ ਤੋਂ ਆਏਗਾ, ਅਤੇ ਪਹਿਲਾ ਗਾਣਾ ਹੋਏਗਾ ਜੀ ਕੰਪਨੀ ਦਾ। ਮੈਂ ਕਹਿੰਦਾ ਦੇਖੋ, ਲੌਂਗ ਇਲਾਚੀ ਦਾ ਕਿੰਨਾ ਅਸਰ ਹੈ। ਇਸ ਕਰਕੇ ਜ਼ਿੰਦਗੀ 'ਚ ਕਾਮਯਾਬ ਹੋਣਾ, ਨਵਾਂ ਕਰਨਾ ਕੁਛ, ਲੌਂਗ ਇਲਾਚੀ ਖਾਓ, ਹਰ ਚੀਜ਼ 'ਚ ਲੌਂਗ ਇਲਾਚੀ, ਠੀਕ ਹੈ। ਲਓ ਜੀ, ਆਪਣੀ ਬਾਲੀਵੁੱਡ ਇੰਡਸਟਰੀ ਦੇ ਘੈਂਟ ਜੇ ਡਾਂਸਰ, ਘੈਂਟ ਜੇ ਸਟੰਟਮੈਨ ਟਾਈਗਰ ਸ਼ਰੋਫ ਜੀ ਦੀ ਨਵੀਂ ਮੂਵੀ ਦਾ ਸ਼ੂਟ ਸਟਾਰਟ ਹੋ ਚੁੱਕਿਆ ਦੇਹਰਾਦੂਨ ਦੇ ਵਿੱਚ, ਅਤੇ ਮੂਵੀ ਪਤਾ ਕਿਹੜੀ ਆ ਰਹੀ ਹੈ? ਸਟੂਡੈਂਟ ਆਫ ਦਾ ਈਅਰ 2। ਹਾਂਜੀ, ਸਟੂਡੈਂਟ ਆਫ ਈਅਰ 2 ਦਾ ਸ਼ੂਟ ਦੇਹਰਾਦੂਨ ਦੇ ਵਿੱਚ ਸਟਾਰਟ ਹੋ ਚੁੱਕਿਆ। ਅਤੇ ਇੱਕ ਹੋਰ ਇਨਫੋਰਮੇਸ਼ਨ ਦੇ ਦਾਂ, ਟਾਈਗਰ ਸ਼ਰੋਫ ਜੀ ਦੀ ਮੂਵੀ ਆ ਰਹੀ ਹੈ 30 ਮਾਰਚ ਨੂੰ, ਕਿਹੜੀ? ਬਾਗੀ 2। ਫਿਰ ਮੈਂ ਸੋਚ ਰਿਹਾ ਸੀਗਾ ਕਿ ਸਟੂਡੈਂਟ ਆਫ ਦਾ ਈਅਰ ਜੇ ਲੈਣਾ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ, ਫਿਰ ਟੀਚਰਾਂ ਦੇ ਖਿਲਾਫ ਬਾਗੀ ਤਾਂ ਨਹੀਂ ਹੋਇਆ ਜਾਣਾ। ਫਿਰ ਮੈਨੂੰ ਲੱਗਦਾ ਜੇ ਬਾਗੀ ਹੋ ਗਏ ਫਿਰ ਤੁਸੀਂ ਸਟੂਡੈਂਟ ਆਫ ਦਾ ਈਅਰ ਨਹੀਂ, ਸਟੂਡੈਂਟ ਆਫ ਦਾ ਲਾਸਟ ਈਅਰ ਜ਼ਰੂਰ ਹੋ ਜਾਓਗੇ, ਇਸ ਕਰਕੇ ਬਾਗੀ ਨਹੀਂ ਹੋਣਾ। ਸੋ ਆਪਾਂ ਤਾਂ ਹੀ ਕਹਾਂਗੇ ਕਿ ਟਾਈਗਰ ਸ਼ਰੋਫ ਜੀ ਦੀ ਬਾਗੀ 2 ਮੂਵੀ ਵੀ ਹਿੱਟ ਹੋਵੇ ਅਤੇ ਸਟੂਡੈਂਟ ਆਫ ਦਾ ਈਅਰ 2 ਮੂਵੀ ਵੀ ਹਿੱਟ ਹੋਵੇ। ਸੋ ਮੈਂ ਕਹਿੰਦਾ ਦੋ ਦੋ ਵਾਰ ਮੁਬਾਰਕਾਂ ਦਿੰਦਾ, ਸੋ ਤੁਹਾਨੂੰ ਤਾਂ ਪਤਾ ਹੀ ਅੱਗੇ ਹਿੱਟ ਤਾਂ ਹੋਈ ਜਾਣੀ ਹੈ, ਬੜੇ ਘੈਂਟ ਨੇ ਭਾਅ ਜੀ। ਸੋ ਤੁਸੀਂ ਐਂ ਕਰੋ, gabruu.com ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਟਿੱਡੂ ਟਾਈਮਸ ਦੇਖੋ, ਕਿਹਦੇ ਨਾਲ ਯਾਰ ਪਤਾ ਤੁਹਾਨੂੰ, ਹੈਪੀ ਸਿੰਘ ਨਾਲ, ਦੇਖਣਾ ਨਾ ਭੁੱਲਣਾ gabruu.com, ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।